ਅਸਲਾਮ ਅਲੈਕੁਮ ਮੇਰੀ ਪਿਆਰੀ ਯੂਟਿਊਬ ਫੈਮਿਲੀ, ਕੀ ਹਾਲ ਚਾਲ ਹੈ? ਠੀਕ ਠਾਕ ਜੀ? ਮੈਂ ਵੀ ਠੀਕ ਹਾਂ, ਮੇਰੀ ਫੈਮਿਲੀਆਂ ਵੀ ਮਾਸ਼ਾਅੱਲਾ ਠੀਕ ਨੇ ਤੁਹਾਡੀਆਂ ਦੁਆਵਾਂ ਦੇ ਨਾਲ। ਅੱਜ ਮੈਂ ਜੀ ਤੁਹਾਡੇ ਵਾਸਤੇ ਪਕਾਉਣ ਲੱਗੀ ਹਾਂ ਦਾਲ, ਕੜਾਕੇ ਦਾਲ ਮਸਾਲੇ ਵਾਲੀ, ਜਿਹਦੇ ਵਿੱਚ ਆਹ ਪਤੀਲੀ ਹੈ, ਪਾਣੀ ਹੈ ਇਹਦੇ 'ਚ, ਪਹਿਲੇ ਉਬਲੇਗਾ, ਉਸ ਤੋਂ ਬਾਅਦ ਫਿਰ ਆਹ ਦਾਲ ਪਾ ਦਾਂਗੇ, ਚਨਿਆਂ ਦੀ, ਮਸਰਾਂ ਦੀ, ਐ ਵਿੱਚ ਮਸਾਲੇ ਪਾਉਣੇ ਨੇ ਸਾਰੇ, ਵੇਖ ਲਓ ਤੁਸੀਂ, ਨਮਕ, ਮਿਰਚ, ਹਲਦੀ, ਕਲਵੰਜੀ, ਥੋਮ, ਅਦਰਕ ਕੁੱਟ ਕੇ ਪਾਵਾਂਗੀ, ਕਾਲ ਹਰੀਆਂ ਮਿਰਚਾਂ ਅਤੇ ਸਬਜ਼ ਧਨੀਆ, ਇਹ ਬਾਅਦ 'ਚ ਜਦੋਂ ਪੱਕ ਜਾਏਗੀ ਤੜਕਾ ਲਾਉਣ ਲੱਗਾ, ਪਿਆਜ਼ ਦਾ ਤੜਕਾ ਲਾਵਾਂਗੀ। ਅੱਜ ਤੁਸੀਂ ਮੇਰੇ ਨਾਲ ਰਹਿਣਾ ਹੈ ਅਤੇ ਸਿੱਖਣਾ ਆ, ਖਾਸ ਕਰਕੇ ਉਹ ਬੱਚੀਆਂ ਜਿਨ੍ਹਾਂ ਦੀਆਂ ਸ਼ਾਦੀਆਂ ਹੋਣ ਵਾਲੀਆਂ ਨੇ, ਕਿਉਂਕਿ ਅੱਲਾਹ ਤਾਲਾ ਉਹਨਾਂ ਨੂੰ ਕਾਮਯਾਬ ਕਰੇ ਹਰ ਮੈਦਾਨ 'ਚ, ਸਹੁਰਿਆਂ ਦੇ ਵਿੱਚ ਪਿਆਰ ਮਿਲੇ, ਮੁਹੱਬਤ ਮਿਲੇ। ਅਤੇ ਆਪਾਂ ਹੁਣ ਸ਼ੁਰੂ ਕਰਦੇ ਹਾਂ ਉੱਤੇ ਪਲੀ ਭਾਂਡੀ, ਹੁਣ ਚੁੱਲ੍ਹੇ 'ਤੇ ਰੱਖਦੇ ਹਾਂ, ਪਾਣੀ ਉਬਲੇਗਾ ਅਤੇ ਫਿਰ ਇਨਸ਼ਾਲਾ ਵਿੱਚ ਆਪਾਂ ਪਾ ਦਾਂਗੇ ਦਾਲ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਥੱਲੇ ਲਾ ਦੇਣੇ ਆ ਚੁੱਲ੍ਹੇ ਦੀ ਅੱਗ, ਬਿਜਲੀ 'ਤੇ ਚੁੱਲ੍ਹੇ ਆ, ਗਰਮ ਹੋ ਗਿਆ, ਉਬਲਦਾ ਪਿਆ, ਹੁਣ ਇਹਦੇ ਵਿੱਚ ਪਾਵਾਂਗੇ ਜਨਾਬ ਚਣਿਆਂ ਦੀ ਦਾਲ, ਥੋੜ੍ਹਾ ਜਿਹਾ ਉਬਾਲਾ ਆਏਗਾ, ਇਹ ਮਸਾਲਾ ਸਾਰਾ, ਠੀਕ ਹੈ, ਇਹ ਜਿਹੜੀ ਦਾਲ ਹੈ ਇਹ ਬਾਅਦ 'ਚ ਪਾਵਾਂਗੇ, ਕੁਛ ਥੋੜ੍ਹੀ ਜਿਹੀ ਇਹ ਦਾਲ ਗਲ ਜਾਏਗੀ ਅਤੇ, ਕਿਉਂਕਿ ਇਹ ਜਲਦੀ ਗਲ ਜਾਂਦੀ ਹੈ ਦਾਲ। ਹੈਲੋ ਜੀ, ਠੀਕ ਹੈ, ਹੁਣ ਇਹਨੂੰ ਆਏਗਾ ਉਬਾਲਾ, ਫਿਰ ਇੱਕ ਦੋ ਉਬਾਲੇ ਆਉਣਗੇ ਜਦੋਂ ਤੋਂ ਉੱਥੋਂ ਢੱਕ ਦਾਂਗੇ ਇਹਨੂੰ, ਉਬਾਲੇ ਆਉਣ ਲੱਗ ਪਏ ਨੇ, ਠੀਕ ਹੈ, ਇਹਨੂੰ ਹੁਣ ਮੈਂ ਉੱਥੋਂ ਬੰਦ ਕਰ ਦਾਂਗੀ। ਮੱਠੀ ਅੱਗ 'ਤੇ ਪਕਾਵਾਂਗੇ ਇਹਨੂੰ, ਕਿਉਂਕਿ 2 ਘੰਟੇ ਬਾਅਦ ਬਿਲਕੁਲ ਤਿਆਰ ਹੋ ਜਾਏਗੀ ਦਾਲ। ਦਾਲ ਨੂੰ ਉਬਾਲੇ ਬਹੁਤ ਆਉਣ ਡਿਆ ਨੇ, ਹੁਣ ਮੈਂ ਚੁੱਲ੍ਹਾ ਜਿਹੜਾ ਹਲਕਾ ਕਰ ਦਾਂਗੀ, ਜਦੋਂ ਪੱਕ ਜਾਏਗੀ 15 ਕੁ ਮਿੰਟ ਪਹਿਲਾਂ, ਫਿਰ ਆਹ ਦਾਲ ਪਾ ਦਾਂਗੀ, ਕਿਉਂਕਿ ਬਹੁਤ ਜਲਦੀ ਹੋ ਜਾਂਦੀ ਮਸਰਾਂ ਦੀ ਦਾਲ, ਆਸਤਾ ਆਸਤਾ ਇਹ ਪੱਕਦੀ ਰਹੇਗੀ 2 ਘੰਟੇ। ਹੁਣ ਧਨੀਆ ਪੀਨੇ ਆ, ਇਹ ਧਨੀਆ ਪੀਸ ਜਾਏਗਾ, ਕੋਈ ਸਬਜ਼ੀ ਧਨੀਆ, ਕੋਈ ਥੋੜ੍ਹਾ ਜਿਹਾ ਮਸਾਲਾ ਪੀਸਾ, ਤੜਕਾ ਲਾਉਣ ਤੋਂ ਬਾਅਦ ਪਾਵਾਂਗੇ, ਠੀਕ ਹੈ। ਹੈਲੋ ਜੀ, ਮਾਸ਼ਾਅੱਲਾ ਬਹੁਤ ਜ਼ਿਆਦਾ ਗਲ ਗਈ ਹੈ, ਹੁਣ ਇਹਦੇ ਵਿੱਚ ਮਸਰਾਂ ਦੀ ਦਾਲ ਪਾ ਦਿੰਦੇ ਹਾਂ, ਠੀਕ ਹੈ, ਕਿਉਂਕਿ ਦਾਲ ਬਹੁਤ ਜਲਦੀ ਗਲ ਜਾਂਦੀ ਆ, ਠੀਕ ਹੈ। ਚਲੋ ਉਬਾਲਣ ਡਿਆ ਜੀ, ਦਾਲ ਚੌਲ ਕੀਤੇ ਨੇ ਅੱਜ, ਠੀਕ ਹੈ, ਇਹਨੂੰ ਦਾਲ ਨੂੰ ਹੁਣ ਅਸੀਂ ਰੱਖ ਦਿੱਤਾ ਆ
ਦਮ ਤੇ ਚੁੱਲ੍ਹਾ ਬੰਦ ਕਰਤਾ ਆ। ਠੀਕ ਹੈ, ਨਾਲ ਬਣਾ ਲੈਣੇ ਚੌਲ ਬਾਸਮਤੀ ਦੇ, ਦਾਲ ਚੌਲ ਨਾਲ ਆਚਾਰ ਅੰਬ ਦਾ। ਖਾਣਾ ਮਾਸ਼ਾਅੱਲਾ ਬਿਲਕੁਲ ਤਿਆਰ ਹੋ ਗਿਆ ਹੈ ਅਤੇ ਹੁਣ ਤੁਹਾਨੂੰ ਪਲੇਟ ਬਣਾ ਕੇ ਦਿਖਾਈਏ। ਆ ਜੀ ਦਾਲ ਮਸਾਲੇ ਵਾਲੀ, ਚਾਵਲ ਨੇ ਉਬਲੇ, ਹੁਣ ਤੁਹਾਨੂੰ ਪਲੇਟ ਬਣਾ ਕੇ ਦਿਖਾਉਣੇ ਆ। ਠੀਕ ਹੈ, ਬਿਸਮਿਲ੍ਲਾਹ ਦੀ ਬਰਕਤ। ਠੀਕ ਹੈ, ਇਹਨੂੰ ਕਰ ਦਈਏ ਬੰਦ, ਠੰਡੇ ਨਾ ਹੋ ਜਾਣ। ਹਾਂਜੀ, ਤੜਕੇ ਵਾਲੀ ਦਾਲ ਮਾਸ਼ਾਅੱਲਾ। ਠੀਕ ਹੈ, ਬਿਸਮਿਲ੍ਲਾਹ ਦੀ ਬਰਕਤ। ਆ ਵਿੱਚ ਇਲਾਚੀ ਹੈ ਵੱਡੀ, ਆਪੇ ਜਿਹਨੇ ਖਾਣਾ ਹੋਏਗਾ ਕੱਢ ਦੇਗਾ। ਠੀਕ ਹੈ, ਇਹਨੂੰ ਹੁਣ ਕਰ ਦਈਏ ਬੰਦ, ਕਰ ਦਈਏ ਠੰਡੀ ਨਾ ਹੋ ਜੇ। ਹੁਣ ਜਨਾਬ ਆਈਏ ਮੈਂਗੋ ਦਾ ਅਚਾਰ, ਮਜ਼ੇਦਾਰ ਮਾਸ਼ਾਅੱਲਾ। ਆ ਵੇਖੋ ਹੁਣ ਨਾਲ ਅਚਾਰ ਰੱਖਣਾ ਹੈ ਅੰਬ ਦਾ। ਠੀਕ ਹੈ, ਜਿੰਨਾ ਵੀ ਕਿਸੇ ਖਾਣਾ ਹੈ ਖਾਏ। ਓਕੇ, ਹੋ ਗਿਆ ਦਾਲ ਅੰਬ ਦਾ ਅਚਾਰ, ਚਾਵਲ ਉਬਲੇ ਹੋਏ ਮਜ਼ੇਦਾਰ। ਆ ਦੇਖੋ, ਲਓ ਜੀ ਦਾਲ ਚੌਲ, ਮਜ਼ੇ ਨਾਲ ਖਾਓ। ਠੀਕ ਹੈ, ਲਾਈਕ ਕਰਨਾ, ਸਬਸਕ੍ਰਾਈਬ ਕਰਨਾ, ਦੋਵਾਂ ਵਿੱਚ ਯਾਦ ਰੱਖਣਾ ਹੈ। ਅੱਲਾ ਹਾਫਿਜ਼।